ਕਿਸਾਨਾਂ ਵੱਲੋਂ ਸਰਕਾਰ ਖਿਲਾਫ ਨਿੱਤ ਧਰਨੇ ਦਿੱਤੇ ਜਾ ਰਹੇ ਨੇ। ਅੱਜ ਅੰਮ੍ਰਿਤਸਰ ਵਿਖੇ ਕਿਸਾਨਾਂ ਵੱਲੋਂ ਰੇਲ ਪਟੜੀ ਜਾਮ ਕਰ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਹੈ ਕਿ ਜਾਂ ਤਾਂ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇ, ਨਹੀਂ ਤਾਂ ਜ਼ਿਲ੍ਹਾ ਪੱਧਰ ਉੱਤੇ ਧਰਨੇ ਦਿੱਤੇ ਜਾਣਗੇ ਅਤੇ ਕਿਸਾਨ ਪੂਰੇ ਪੰਜਾਬ ਦੇ ਵਿੱਚ ਰੇਲ ਪਟੜੀਆਂ ਜਾਮ ਕਰ ਧਰਨਾ ਕਰਨਗੇ। ਕਿਸਾਨਾਂ ਦੀ ਸਮੇਂ ਮੁੱਖ ਮੰਗ ਕਰਜ਼ਾ ਮੁਆਫੀ ਅਤੇ ਪਰਾਲੀ ਸਾੜਨ 'ਤੇ ਲਗਾਈ ਪਾਬੰਦੀ ਹਟਾਉਣ ਦੀ ਹੈ। ਇਹ ਸਾਡੀਆਂ ਮੰਗਾਂ ਜੀ, ਕੁਛ ਤਾਂ ਪਿਛਲੇ ਸਮੇਂ ਆਪਣੀਆਂ ਬਾਦਲ ਸਰਕਾਰ ਨਾਲ ਮੀਟਿੰਗਾਂ ਹੋਈਆਂ, ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਉਹਦੇ ਨਾਲ ਮੀਟਿੰਗਾਂ ਹੋਈਆਂ, ਬਿਜਲੀ ਸੰਬੰਧੀ ਸੀ ਕੁਛ ਮੰਨੀਆਂ ਹੋਈਆਂ ਮੰਗਾਂ ਸੀਗੀਆਂ। ਇੱਕ ਤਾਂ ਅਜੇ ਤੱਕ ਉਹ ਲਾਗੂ ਨਹੀਂ ਕੀਤੀਆਂ ਗਈਆਂ। ਉਸ ਤੋਂ ਇਲਾਵਾ ਫਿਰ ਅੱਜ ਜਿਹੜਾ ਕੈਪਟਨ ਨੇ, ਕੈਪਟਨ ਸਰਕਾਰ ਸਭ ਤੋਂ 70 ਸਾਲ ਤੋਂ ਵੱਧ ਝੂਠ ਬੋਲ ਕੇ ਜਿਹੜੀ ਆ ਉਹਨੇ ਸਰਕਾਰ ਬਣਾਈ ਆ, ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਉਹਨਾਂ ਨੇ ਸਵਾਂ ਖਾਧੀਆਂ, ਉਹਦੇ ਆਧਾਰ 'ਤੇ ਅੱਜ ਤੱਕ ਕੋਈ ਚੋਣ ਵਾਇਦਾ ਜਿਹੜਾ ਪੂਰਾ ਨਹੀਂ ਕਰ ਸਕੇ। ਅਸੀਂ ਉਹਨਾਂ ਚੋਣ ਵਾਇਦਿਆਂ 'ਤੇ ਜਿੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਗੱਲ ਨੇ, ਅਜੇ ਤੱਕ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਜੇ 2 ਲੱਖ ਰੁਪਈਆ ਉਹਨਾਂ ਨੇ ਖੇਤੀ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਆ, ਉਹਦਾ ਵੀ ਕੋਈ ਨੋਟੀਫਿਕੇਸ਼ਨ ਨਹੀਂ, ਕੋਈ ਅਜੇ ਤੱਕ ਉਹਦਾ ਕਰਜ਼ਾ ਮਾਫ਼ੀ ਦੀ ਨਹੀਂ ਹੈਗੀ। ਉਹਦੇ ਨਾਲ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਅਤੇ ਬੇਰੁਜ਼ਗਾਰਾਂ ਨੂੰ 2500 ਰੁਪਈਆ ਪੱਤਾ ਦੇਣ ਦੀ ਗੱਲ ਕੀਤੀ ਸੀ, ਬੁਢਾਪਾ ਪੈਨਸ਼ਨ 2000 ਦੇਣ ਦੀ ਕੀਤੀ ਸੀ, ਲੜਕੀਆਂ ਨੂੰ ਜਿਹੜੀ ਆ BA ਤੱਕ ਫ੍ਰੀ ਪੜ੍ਹਾਈ ਕਰਨ ਦੀ ਉਹਨਾਂ ਨੇ ਗੱਲ ਕਹੀ ਸੀ ਅਤੇ ਗਰੀਬਾਂ ਨੂੰ 55,000 ਰੁਪਈਆ ਜਿਹੜੀ ਸਗਨ ਸਕੀਮ ਦੀ ਗੱਲ ਕਹੀ ਸੀ। ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਵਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੂੰਗਾ ਉਹਦੇ ਸਮੇਂ, ਪਰ ਅਜੇ ਤੱਕ ਕੁਛ ਨਹੀਂ ਉਹਨਾਂ ਨੇ ਕੀਤਾ। ਸਾਡੀਆਂ ਮੁੱਖ ਮੰਗਾਂ ਵਾਂ ਵੀ ਕਰਜ਼ਾ ਮਾਫ਼ੀ, ਸਰਕਾਰੀ ਸਹਿਕਾਰੀ ਨਿੱਜੀ ਅਤੇ ਆੜ੍ਹਤੀਆਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਅੱਗੇ ਤੋਂ ਕਿਸਾਨ ਪੱਖੀ ਕਰਜ਼ਾ ਕਾਨੂੰਨ ਲਿਆਂਦਾ ਜਾਵੇ, ਖੁਦਕੁਸ਼ੀ ਕਹਿ ਕੀਤੇ ਪਰਿਵਾਰਾਂ ਨੂੰ ਮੁਆਵਜ਼ਾ 10 ਲੱਖ ਰੁਪਈਆ ਦਿੱਤਾ ਜਾਵੇ, ਜਿਹੜੀ ਪਰਾਲੀ ਸਾੜਨ ਦਾ ਇਹਦਾ ਠੋਸ ਹੱਲ ਕੱਢਿਆ ਜਾਵੇ, 6,000 ਰੁਪਈਆ ਦਿੱਤਾ ਜਾਵੇ, ਮਸ਼ੀਨਰੀ ਵਾਸਤੇ 90% ਸਬਸਿਡੀ ਦਿੱਤੀ ਜਾਵੇ, ਜਾਂ ਕੋਈ ਸੰਤਾ ਲਾ ਲੈ, ਨਹੀਂ ਤਾਂ ਸਰਕਾਰ ਆਪ ਮਜਬੂਰ ਕਰੂਗੀ ਕਿਸਾਨ ਨੂੰ ਅੱਗ ਲਾਉਣ ਲਈ। ਕਿਸਾਨ ਸਿਰਫ 2% ਪੋਲਿਊਸ਼ਨ ਫੜਾ ਰਿਹਾ, ਉਹਦੇ 'ਤੇ ਸਾਰੇ ਕਾਨੂੰਨ ਆ, ਇੰਡਸਟਰੀ 'ਤੇ ਕੋਈ ਕਾਨੂੰਨ ਨਹੀਂ। ਤੀਸਰਾ, ਫਸਲਾਂ ਦੇ ਭਾਅ, ਕਿ ਕਿਸਾਨਾਂ ਸਿਰ ਕਰਜ਼ਾ ਨਾ ਚੜ੍ਹੇ ਅੱਗੇ ਤੋਂ। ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਗਤ ਖਰਚਿਆਂ 'ਚ 50% ਮੁਨਾਫਾ ਜੋੜ ਕੇ ਦਿੱਤੇ ਜਾਂਦੇ। ਦੂਸਰਾ, ਸਰਕਾਰ ਨਸ਼ਾਬੰਦੀ 28 ਦਿਨ ਦਾ ਲਾਰਾ ਲਾ ਕੇ ਹਾਲੇ ਨਸ਼ਾ ਜਿਉਂ ਦਾ ਤਿਉਂ ਵਿਕ ਰਿਹਾ, ਕੋਈ ਹੱਲ ਨਹੀਂ ਹੈਗਾ। ਨੱਕੋ ਨੱਕ ਡੱਕਿਆ ਪਿਆ ਪੰਜਾਬ, ਪੜ੍ਹੇ ਲਿਖੇ ਅਨਪੜ੍ਹ ਨੌਜਵਾਨਾਂ ਨਾਲ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ, ਕੋਈ ਇੱਕ ਨੌਕਰੀ ਅਜੇ ਪੰਜਾਬ ਸਰਕਾਰ ਨੇ ਦਿੱਤੀ।